ਇੰਦਹਾੜੇ ਨਕੋਦਰ ਦੇ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਜਿਸ ਤਰ੍ਹਾਂ ਹੋ ਰਹੀਆਂ, ਇੱਕ ਜਿੱਥੇ ਅਸੀਂ ਖੜ੍ਹੇ ਹਾਂ ਇਹ ਜਗ੍ਹਾ ਬਿਲਕੁਲ ਇੱਕ ਚੱਲਦਾ ਹੋਇਆ ਰਸਤਾ ਆ, ਮੇਰੇ ਨਾਲ ਹੀ ਮਕਬਰੇ ਆ, ਇਦੋਂ ਪਿੱਛੇ ਇੱਕ ਧਾਰਮਿਕ ਸਥਾਨ ਆ, ਨਾਲ ਹੀ ਸਿਵਲ ਹਸਪਤਾਲ ਆ। ਇੱਥੇ ਇੱਕ ਭਾਈ ਸਾਹਿਬ ਮੇਰੇ ਨੇ, ਇਹਨਾਂ ਨੂੰ ਸ਼ਹਿਰ ਸਾਰੇ ਜਾਣਦੇ ਨੇ, ਸ਼ਰਮਾ ਸਾਹਿਬ, ਇਹ ਇਹਨਾਂ ਨੂੰ ਇੱਕ ਰੋਕਿਆ, ਇਹਨਾਂ ਨੇ ਫੋਨ ਸੁਣਿਆ ਅਤੇ ਇਹਨਾਂ ਨੂੰ ਯਾਨੀ ਕਿ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸੱਟਾਂ ਵੀ ਮਾਰੀਆਂ ਗਈਆਂ। ਗੱਲਬਾਤ ਕਰਾਂਗੇ ਇਹਨਾਂ ਨਾਲ ਔਰ ਕੀ ਗੱਲਬਾਤ ਹੋਈ ਹੈ ਜੀ। ਮੈਂ ਘਰੋਂ ਆਉਂਦਾ ਪਿਆ ਸੀਗਾ ਜੀ, ਅਤੇ ਮੇਰੇ ਫੋਨ ਨੇ ਇੱਥੇ ਇੱਕ ਵਾਈਬ੍ਰੇਸ਼ਨ ਹੋਈ, ਮੈਂ ਰੁਕਿਆ, ਮੈਂ ਫੋਨ ਕੱਢ ਕੇ ਦੇਖਿਆ ਵੀ ਕਿਹੜਾ ਫੋਨ ਆ, ਮੈਂ ਉਹਨੂੰ ਡਾਇਲ ਕਰ ਦਿੱਤਾ। ਹਾਲੇ ਮੈਂ ਡਾਇਲ ਹੀ ਕੀਤਾ ਸੀ ਤਾਂ ਇਸ ਸਾਈਡ ਤੋਂ ਇੱਕ ਮੋਟਰਸਾਈਕਲ ਆਇਆ, ਮੇਰੇ ਕੰਨ ਦੇ ਨਾਲ ਫੋਨ ਸੀਗਾ ਲੱਗਾ, ਉਹਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮੈਂ ਤਾਂ ਬਾਂਹ ਤਾਂ ਚੱਕ ਦਿੱਤੀ ਵੀ ਪੁੱਛਿਆ ਕੀ ਗੱਲ ਆ। ਉਹਨੇ ਮੇਰੇ ਕੁਛ ਮਾਰਿਆ, ਇੱਥੇ ਮਾਰਨ ਤੋਂ ਬਾਅਦ ਲੱਤ 'ਤੇ ਲੱਗਾ ਅਤੇ ਇੱਥੇ ਲੱਗਾ ਅਤੇ ਉਹ ਇੱਧਰ ਨੂੰ ਭੱਜ ਗਏ। ਮੈਂ ਜਾ ਕੇ ਭਟਾਰਾ ਜੀ ਕੋਲ ਰੁਕਿਆ ਅਤੇ ਇਹਨਾਂ ਨੂੰ ਗੱਲ ਦੱਸੀ, ਮੈਂ ਕਿਹਾ ਯਾਰ ਹਾਲਾਤ ਦੇਖੋ ਆਪਣੇ ਸ਼ਹਿਰ ਦੇ ਕੀ ਹੋ ਗਏ, ਕਿਵੇਂ ਫੋਨ ਸੁਣਨ ਲੱਗਾ, ਉਹ ਫੋਨ ਖੋਲ੍ਹਣ ਲੱਗੇ ਸੀ, ਇੱਕ ਚੈਨੀ ਖੋਲ੍ਹਣ ਲੱਗੇ ਸੀ, ਇਹ ਮਹਾਰਾਜ ਜਾਣਦਾ ਕੀ ਹੋਇਆ। ਦੋ ਜਣੇ ਸੀਗੇ, ਮੋਟਰਸਾਈਕਲ ਕੋਈ ਪਤਾ? ਮੋਟਰਸਾਈਕਲ ਨਹੀਂ, ਮੈਂ ਯਾਰ ਹਾਰਡਲੀ ਪੰਜ ਸਕਿੰਟ ਵਿੱਚ ਤਾਂ ਕੰਮ ਕਰ ਗਏ ਉਹ, ਚਿਹਰੇ ਪਛਾਣੇ ਚਿਹਰੇ? ਨਹੀਂ ਨਹੀਂ, ਇੱਦਾਂ ਨਾ ਉਹ ਇਸਦਾ ਸਾਫਾ ਜਿਹਾ ਜਿੱਦਾਂ ਮੂੰਹ 'ਤੇ ਅੱਜ ਕੱਲ੍ਹ ਲਪੇਟਿਆ ਹੁੰਦਾ, ਇੱਦਾਂ ਮੋਢਿਆਂ 'ਤੇ ਰੱਖ ਕੇ ਤਾਂ ਲਪੇਟਿਆ। ਸਾਢੇ ਕੁ 5 ਵਜੇ, 5:40 'ਤੇ, 5:40 ਇਹ ਰਸਤਾ ਮੇਨ ਬਹੁਤ ਚੱਲਦਾ ਹੈ। ਹਾਂਜੀ ਚੱਲਦਾ ਰਸਤਾ। ਮੈਂ ਕਿਹਾ ਇੰਨੀ ਰੌਣਕ ਹੁੰਦੀ ਹੈ ਬੰਦਾ ਇੱਥੇ, ਹੁਣ ਮੰਦਰ ਆਉਂਦੀ ਜਾਂਦੀ ਦੁਨੀਆ, ਕਿਸੇ ਨਾਲ ਵੀ ਕੋਈ ਗੱਲਬਾਤ ਹੋ ਜਾਂਦੀ, ਪ੍ਰਸ਼ਾਸਨ ਪਤਾ ਨਹੀਂ ਕੀ ਕਰਦਾ ਪਿਆ। ਮੈਂ ਕਹਿੰਦਾ ਬਚਾਅ ਹੋ ਗਿਆ, ਟੈਲੀਫੋਨ ਸੀਗਾ ਲੈ ਜਾਂਦੇ, ਜੇ ਮੇਰੇ ਜ਼ਿਆਦਾ ਸੱਟ ਲੱਗ ਸਕਦੀ ਮੇਰੀ ਚੈਨੀ ਵੀ ਲਿਆ ਸਕਦੇ। ਬਾਕੀ ਉਹ ਗੁਰੂ ਮਹਾਰਾਜ ਦੀ ਕਿਰਪਾ ਆ ਵੀ ਮੇਰਾ ਬਚਾਅ ਹੋ ਗਿਆ। ਪੁਲਿਸ ਨੂੰ ਕਨਫਰਮ ਕਰਤਾ? ਮੈਂ ਇੱਥੇ ਹਲੇ ਹੁਣੇ ਹੀ ਹੋਇਆ ਜੀ, ਅਤੇ ਜਦ ਨੂੰ ਤੁਸੀਂ ਆ ਗਏ ਕੁਦਰਤੀ, ਮੈਂ ਦੱਸ ਦਿੰਦਾ ਉਹਨਾਂ ਨੂੰ। ਕੀ ਪ੍ਰਸ਼ਾਸਨ ਕੋਲ ਮੰਗ? ਮੰਗ ਇਹੀ ਆ ਜੀ, ਹੁਣ ਤਾਂ ਨਹੀਂ ਕੋਈ ਨੁਕਸਾਨ ਹੋਇਆ, ਵੱਖਰੀ ਗੱਲ ਆ, ਮੇਰੇ ਕੋਲ ਸੱਟ ਜ਼ਿਆਦਾ ਲੱਗ ਜਾਂਦੀ ਜੇ ਮੈਂ ਡਿੱਗ ਪੈਂਦਾ ਪਰਲੇ ਬੰਨੇ ਨੂੰ। ਪ੍ਰਸ਼ਾਸਨ ਕੋਲ ਮੰਗ ਇਹੀ ਆ, ਨਕੋਦਰ ਦੇ ਜੋ ਹਾਲਾਤ ਆ ਉਹਨੂੰ ਜ਼ਰਾ ਗੌਰ ਕਰਨ। ਸਰਕਾਰਾਂ ਦੇ ਬਿਆਨ ਤਾਂ ਰੋਜ਼ ਸੁਣਦੇ ਹਾਂ ਕਿ ਅਸੀਂ ਸਾਰੇ ਇਹਨਾਂ ਨੂੰ, ਤਸਕਰਾਂ ਨੂੰ, ਚੋਰਾਂ ਨੂੰ, ਨਟੇਰਿਆਂ ਨੂੰ ਨੱਥ ਪਾਈ ਆ, ਆਹ ਦੇਖ ਲਓ ਤੁਹਾਡੇ ਸਾਹਮਣੇ ਆ ਨੱਥ ਪਈ ਦਾ ਨਤੀਜਾ। ਕੀ ਨਾਮ ਜੀ ਤੁਹਾਡਾ? ਦਵਿੰਦਰ ਭਟਾਰਾ ਜੀ। ਕੀ ਇਹਨਾਂ ਨੇ ਦੱਸਿਆ ਕਿ ਕੀ ਹੋਇਆ? ਕੀ ਅੱਜ ਸ਼ਾਮੀ 5:30 ਕਹਿੰਦੇ ਮੈਂ ਇੱਧਰੋਂ ਲੰਘ ਰਿਹਾ ਸੀ, ਮੈਂ ਆਪਣੇ ਰੋਡ ਤੋਂ ਲੰਘਾ ਅਤੇ ਮੈਨੂੰ ਫੋਨ ਆ ਗਿਆ, ਮੈਂ ਫੋਨ ਸੁਣਨ ਲੱਗ ਪਿਆ, ਫੋਨ ਸੁਣਦਾ ਸੁਣਦਾ ਯਕਦਮ ਹੀ ਉੱਧਰੋਂ ਬੰਦੇ ਆਏ ਆ ਅਤੇ ਉਹਨਾਂ ਨੇ ਕੁਛ ਮੇਰੇ ਖੋਣ ਦੀ ਕੋਸ਼ਿਸ਼ ਕੀਤੀ, ਖੋ ਨਹੀਂ ਹੋਇਆ ਉਹਨਾਂ ਕੋਲੋਂ, ਮੇਰੇ ਮਾਰ ਕੇ ਅਤੇ ਭੱਜ ਗਏ। ਕੀ ਮੰਗਾ ਜੀ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਦਿਨ ਦਿਹਾੜੇ ਇੱਦਾਂ ਹੋਣ ਲੱਗ ਪਿਆ ਅਤੇ ਹੁਣ ਬਾਅਦ ਵਿੱਚ ਕੀ ਹੋਊਗਾ। ਇਹ ਤਾਂ ਇੱਧਰ ਧਾਰਮਿਕ ਸਥਾਨ ਹੈਗੇ ਆ, ਮਕਬਰੇ ਆ, PWD ਦਾ ਦਫ਼ਤਰ ਆ ਅਤੇ ਇੱਥੇ ਤਾਂ ਕੁਛ ਵੀ ਹੋ ਸਕਦਾ, ਆਮ ਆਵਾਜਾਈ ਇੱਧਰ ਹੈਗੀ ਆ ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਸਰਕਾਰ ਨੂੰ, ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਇਸ ਗੱਲ 'ਤੇ ਔਰ ਨੱਥ ਪਾਉਣੀ ਚਾਹੀਦੀ ਹੈ। ਮੇਰੀ ਕੋਈ ਗੇੜਾ ਨਹੀਂ ਇੱਧਰ ਵੱਜਦਾ ਜੀ, ਕਿਸੇ ਪੁਲਿਸ ਵਾਲੇ ਦਾ ਗੇੜਾ ਨਹੀਂ ਵੱਜਦਾ। ਹਾਲਾਂਕਿ ਮੈਂ ਸਮਝਦਾ ਵੀ ਹਸਪਤਾਲ ਦੇ ਵਿੱਚ ਕਿੰਨੇ ਹੀ ਲੋਕ ਜਿਹੜੇ ਆ ਸਵੇਰ ਨੂੰ ਦਵਾਈ ਲੈਣ ਵੀ ਆਉਂਦੇ ਆ, ਲੇਕਿਨ ਕੋਈ ਵੀ ਫੇਰ ਨਹੀਂ ਕੋਈ ਪੁਲਿਸ ਦਾ ਇੱਥੇ ਪ੍ਰਬੰਧ ਹੈਗਾ। ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਨਕੋਦਰ ਦੇ ਵਿੱਚ, ਬਿਲਕੁਲ
ਮਕਬਰੇ ਦੇ ਨਾਲ ਇੱਕ ਧਾਰਮਿਕ ਜਗ੍ਹਾ ਆ, ਨਾਲ ਹੀ ਉਹਦੇ ਹਸਪਤਾਲ ਆ। ਸ਼ਰਮਾ ਸਾਹਿਬ ਆ, ਇਹਨਾਂ ਨੂੰ ਇੱਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆ, ਇਹਨਾਂ ਦੀ ਜਾਂ ਇਹ ਚੈਨ ਲਾਉਣ ਦੀ ਕੋਸ਼ਿਸ਼ ਕੀਤੀ ਆ, ਜਾਂ ਉਹ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਨੇ ਫੋਨ ਨਹੀਂ ਛੱਡਿਆ ਅਤੇ ਉਹਨਾਂ ਨੇ ਇਹਨਾਂ ਦੇ ਜਿਹੜੀਆਂ ਸੱਟਾਂ ਮਾਰੀਆਂ, ਜਿਹੜੀ ਇਹਨਾਂ ਦੇ ਕੂਹਣੀ 'ਤੇ ਵੀ ਸੱਟ ਲੱਗੀ ਆ, ਲੱਤ 'ਤੇ ਵੀ ਸੱਟ ਲੱਗੀ ਆ, ਇਸ ਤੋਂ ਇਲਾਵਾ ਹੋਰ ਤਾਂ ਨਹੀਂ ਸਕਦੇ। ਸਾਈਕਲ 'ਤੇ ਬੈਠੇ ਮੋਟਰਸਾਈਕਲ ਦੇ ਵਿੱਚ ਵੱਜੇ ਇਹਨਾਂ ਦੇ, ਔਰ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਦਾ ਇਹੀ ਕਹਿਣਾ ਸ਼ਰਮਾ ਸਾਹਿਬ ਆ ਕਿ ਜਲਦੀ ਤੋਂ ਜਲਦੀ ਇੱਦਾਂ ਦੇ ਜਿਹੜੀਆਂ ਵਾਰਦਾਤਾਂ ਆ, ਜੇ ਦਿਨ ਦਿਹਾੜੇ ਹੀ ਨਕੋਦਰ ਦੇ ਵਿੱਚ ਹੋਣ ਲੱਗ ਪਈਆਂ, ਟਾਈਮ 5:30 ਦਾ ਟਾਈਮ ਆ, ਸਿਰਫ ਚੱਲਦਾ ਰੋਡ ਆ, ਧਾਰਮਿਕ ਸਥਾਨ ਨਾਲ ਆ, ਸਿਵਲ ਹਸਪਤਾਲ ਨਾਲ ਆ, ਉੱਥੇ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆ। ਬੜੇ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਬਚਾਅ ਕੀਤਾ ਆ। ਇਹਨਾਂ ਦੀ ਇਹੀ ਮੰਗ ਆ ਪ੍ਰਸ਼ਾਸਨ ਕੋ ਕਿ ਇੱਦਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ। ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ, ਨਿਊਜ਼ ਨਕੋਦਰ।